ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੰਦਰਬਾਈ ਯੂਟਿਊਬ ਚੈਨਲ ਤੇ ਤੇ ਅੱਜ ਆਪਾਂ ਗੱਲ ਕਰਨੀ ਹੈ ਕਣਕ ਨੂੰ ਪਾਣੀ ਪਹਿਲੇ ਦੀ ਤੇ ਆਪਾਂ ਵੀ ਪਹਿਲੀ ਯੂਰੀਆ ਕਦੋਂ ਪਾਈਏ ਇਹਦੇ ਵੀ ਬਹੁਤ ਫਾਇਦੇ ਨੁਕਸਾਨ ਹੁੰਦੇ ਜਦੋਂ ਆਪਾਂ ਕਿਤੇ ਅੱਗੇ ਪਿੱਛੇ ਜਾਂ ਗਲਤ ਟਾਈਮ ਤੇ ਯੂਰੀਆ ਪਾਈਏ ਜਾਂ ਪਾਣੀ ਆਪਾਂ ਗਲਤ ਟਾਈਮ ਤੇ ਲਾ ਲਈਏ ਤੇ ਅੱਜ ਆਪਾਂ ਕਰਨੀ ਹੈ ਇਹਦੇ ਬਾਰੇ ਗੱਲਬਾਤ ਜਿਹੜਾ ਭਰਾ ਕੋਈ ਆਪਣੇ ਚੈਨਲ ਤੇ ਨਵਾਂ ਆਇਆ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲੇ ਬੈਲ ਆਈਕਨ ਦਬਾ ਲਓ ਤਾਂ ਕਿ ਉਹਨਾਂ ਵਾਲੀ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ ਤੇ ਹੁਣ ਆਪਾਂ ਗੱਲ ਕਰਦੇ ਆ ਵੀਡੀਓ ਸ਼ੁਰੂ ਬਈ ਕਣਕ ਨੂੰ ਪਾਣੀ ਤੇ ਯੂਰੀਆ ਇਹ ਦੋ ਚੀਜ਼ਾਂ ਬਹੁਤ ਖਾਸ ਹੁੰਦੀ ਐ ਜੇ ਆਪਾਂ ਸਹੀ ਟਾਈਪ ਦੇ ਕਰੀਏ ਤਾਂ ਝਾੜ ਦੇ ਵਿੱਚ ਬਹੁਤ ਇਹਨਾਂ ਦਾ ਯੋਗਦਾਨ ਹੁੰਦਾ ਹੈ ਪਹਿਲੀ ਗੱਲ ਤਾਂ ਜਿਹੜਾ ਆਪਾਂ ਪਾਣੀ ਆ ਕਣਕ ਨੂੰ ਉਹ ਆਪਾਂ ਕਦੋਂ ਲਾਉਣਾ ਹੈ ਵੈਸੇ ਤਾਂ 21 ਦਿਨਾਂ ਤੋਂ ਵਾਹੀਆਂ ਕਣਕਾਂ ਨੂੰ ਆਪਾਂ ਪਾਣੀ ਲਾ ਦਿੰਨੇ ਹੁੰਨੇ ਆ। ਉਹਦੇ ਨਾਲ ਇਹ ਹੁੰਦਾ ਵੀ ਕਣਕ ਜੇ ਵਧਨੇ ਜ਼ਿਆਦੇ ਪੈ ਜੇ ਤਾਂ ਵਧਣਾ ਰੁਕ ਜਾਂਦੀ ਹੈ ਤੇ ਕਣਕ ਜਦੋਂ ਵਾਹਣ ਕਰੜਾ ਹੋਣ ਲੱਪੇ ਯਾਨੀ ਕਿ ਤੇ ਫੇਰ ਕਣਕ ਨਾ ਫੋੜ ਕਰਨ ਲੱਗ ਪੈਂਦੀ ਹੈ। ਤੇ ਇਸ ਕਰਕੇ ਨਾ 21 ਦਿਨਾਂ ਦੀ ਕਣਕ ਨੂੰ ਪਾਣੀ ਲਾ ਦਦੇ ਤੇ ਕਈ ਵਾਰੀ ਭਈ ਕਈ ਭਰਾ ਮਹੀਨੇ-ਮਹੀਨੇ ਤੋਂ ਵੀ ਉੱਤੇ ਟਪਾ ਦਿੰਦੇ ਆ ਫੇਰ ਪਾਣੀ ਲਾਉਂਦੇ ਮਾੜੀ ਜੀ ਕਣਕ ਵਾਵਾ ਹੋ ਜੇ। ਤੇ ਸਹੀ ਮਹੀਨੇ ਤੱਕ ਕਣਕ ਨੂੰ ਜਿਹੜਾ ਪਾਣੀ ਹੈ 1 21 ਦਿਨਾਂ ਤੋਂ ਲੈ ਕੇ ਤੇ ਮਹੀਨੇ ਦੇ ਵਿੱਚ ਵਿੱਚ ਲਾ ਦੇਣਾ ਚਾਹੀਦਾ ਜੇ ਆਪਣੀ ਕਣਕ ਸਹੀ ਹੈ ਪੂਰੀ ਵਧੀਆ ਕੰਡੀਸ਼ਨ ਹੈ ਉਹਦੀ ਤੇ ਕਈ ਵਾਰੀ ਪਾਣੀ ਪਹਿਲਾਂ ਵੀ ਲਾਉਣਾ ਪੈਂਦਾ ਜੇ ਕਣਕ ਸਹੀ ਨਾ ਉਗਰੇ ਤਾਂ ਕਿਉਂਕਿ ਕਈ ਰੇ ਖੁਸ਼ਕ ਹੋ ਜਾਂਦੇ ਵਾਹਣ ਪਾਣੀ ਲਾਉਣਾ ਪੈਂਦਾ ਛਿੱਟਾ ਦੇਣਾ ਪੈਂਦਾ ਤੇ ਉਹ ਪਹਿਲਾਂ ਵੀ ਲਾਉਣਾ ਪੈਂਦਾ ਹੈ ਤੇ ਬਾਕੀ ਪਾਣੀ ਦਾ ਸਹੀ ਟਾਈਮ ਤਾਂ 21 ਦਿਨਾਂ ਤੋਂ ਲੈ ਕੇ ਤੇ ਮਹੀਨੇ ਦੇ ਵਿੱਚ ਵਿੱਚ ਆਪਾਂ ਨੂੰ ਲਾ ਦੇਣਾ ਚਾਹੀਦਾ ਜਿਹੜਾ ਆਪਣਾ ਤਜਰਬਾ ਕੋਈ ਤੇ ਫੇਰ ਕਣਕ ਫੋੜ ਕਰਨ ਲੱਪੈਂਦੀ ਹੈ ਤੇ ਫੇਰੀ ਝਾੜਦਾ ਬੰਦਾ ਕੋਈ ਚਲਸਲਾ ਸ਼ੁਰੂ ਹੁੰਦਾ ਤੇ ਇੱਕ ਗੱਲ ਇਹ ਆ ਵੀ ਪਾਣੀ ਹਰ ਥਾਂ ਤੇ 21 ਦਿਨਾਂ ਤੋਂ ਨਹੀਂ ਲੱਗਦਾ ਕਈ ਇਲਾਕੇ ਐ ਜਿੱਥੇ ਕੋਈ ਸੇਮ ਵਾਲੇ ਐ ਜਾਂ ਵੀ ਜਿੱਥੇ ਪਾਣੀ ਤਾਂ ਹੈ ਨੇੜੇ ਆ ਪਾਣੀ ਧਰਤੀ ਦਾ ਉਹਨਾਂ ਥਾਵਾਂ ਤੇ ਆਪਾਂ ਨੂੰ ਟਾਈਮ ਜ਼ਿਆਦਾ ਵੀ ਟਪਾਉਣਾ ਪੈਂਦਾ ਹੈ ਕਈ ਵਾਰੀ ਕਈ ਲਾਕੇ ਆਏ ਜਿੱਥੇ ਦੋ ਦੋ ਪਾਣੀਆਂ ਨਾਲ ਵੀ ਕਣਕ ਪੱਕ ਜਾਂਦੀ ਹੈ ਤੇ ਬਹੁਤ ਭਰਾ ਦਾਇਬ ਜੇ ਵੀ ਹੈਗੇ ਜਿਹੜੇ ਆਮ ਹੀ ਤਿੰਨ ਕਹਿੰਦੇ ਆ ਤਿੰਨ ਪਾਣੀਆਂ ਆਪਾਂ ਕਣਕ ਨੂੰ ਲਾਉਣੇ ਤੇ ਕਣਕ ਪੱਕ ਜਾਂਦੀ ਹੈ ਨਾਲੇ ਕਣਕ ਦਾ ਝਾੜ ਵਧੀਆ ਹੁੰਦਾ ਤੇ ਨਾਲੇ ਧਾਣੇ ਵਧੀਆ ਹੁੰਦੇ ਆ ਤੇ ਉਹਨਾਂ ਥਾਵਾਂ ਤੇ ਜਿਵੇਂ ਹੁਣ ਜਿੱਦ ਸੇਮ ਵਾਲੇ ਲਾਕੇ ਉੱਥੇ ਆਪਾਂ ਨੂੰ ਵੇਖ ਕੇ ਲਾਉਣਾ ਚਾਹੀਦਾ ਪਾਣੀ ਕਣਕ ਨੂੰ ਤੇ ਜੇ ਪਾਣੀ ਤਾਂ ਹੀ ਆ ਤਾਂ ਫਿਰ ਆਪਾਂ ਛੇਤੀ ਪਾਣੀ ਲਾਤੇ ਕਣਕ দাব ਜਾਂਦੀ ਹੈ ਫਿਰ ਆਪਾਂ ਨੂੰ ਖਰਚੇ ਨੂੰ ਥਾਂ ਖੜਾ ਹੋ ਜਾਂਦਾ ਤੇ ਜਿੱਥੇ ਪਾਣੀ ਡੂੰਘੇ ਉੱਥੇ ਆਪਾਂ ਨੂੰ 21 ਦਿਨਾਂ ਤੋਂ ਲੈ ਕੇ ਤੇ ਮਹੀਨੇ ਦੇ ਵਿੱਚ ਵਿੱਚ 30 ਦਿਨਾਂ ਦੇ ਵਿੱਚ ਵਿੱਚ ਆਪਾਂ ਨੂੰ ਪਾਣੀ ਲਾ ਦੇਣਾ ਚਾਹੀਦਾ ਹੁਣ ਯੂਰੀਆ ਦੀ ਗੱਲ ਕਰਦੇ ਆਪਾਂ ਮੇ ਆਪਾਂ ਨੂੰ ਯੂਰੀਆ ਕਦੋਂ ਪਾਉਣੀ ਚਾਹੀਦੀ ਹੈ ਪਾਣੀ ਲਾਉਣ ਤੋਂ ਪਹਿਲਾਂ ਪਾਉਣੀ ਚਾਹੀਦੀ ਹੈ ਜਾਂ ਪਾਣੀ ਲਾਉਣ ਤੋਂ ਬਾਅਦ ਪਾਉਣੀ ਚਾਹੀਦੀ ਹੈ ਜਿਹੜਾ ਆਪਣਾ ਤਜਰਬਾ ਆਪਾਂ ਤਾਂ ਇਹ ਸਮਝਦੇ ਆਂ ਵੀ ਜਿਹੜਾ ਪਾਣੀ ਕਣਕ ਨੂੰ ਯੂਰੀਆ ਪਾਉਣਾ ਪਹਿਲਾਂ ਉਹ ਆਪਾਂ ਪਾਣੀ ਲੱਗੇ ਤੋਂ ਬਾਅਦ ਚ ਪਾਈਏ ਵੀ ਇੱਕ ਤਾਂ ਇਹ ਹੁੰਦਾ ਵੀ ਆਪਾਂ ਪਾਣੀ ਲੱਗਣ ਸਾਰੀ ਪਾ ਦਈਏ ਜਾਂ ਕੁਝ ਦਿਨ ਠਹਿਰ ਕੇ ਪਾਈਏ ਵੀ ਯੂਰੀਆ ਜਿਹੜੀ ਹੈਗੀ ਆ ਜਦੋਂ ਪਾਣੀ ਲੱਗੇ ਨੂੰ ਆਪਾਂ ਨੂੰ 3-4 ਦਿਨ ਹੋ ਜਾਣ ਵੀ ਬਾਣ ਗਿੱਲਾ ਹੋਵੇ ਤੇ ਅੱਟਰ ਜੇ ਪੈਰ ਤਰਾ ਹੋ ਜੇ ਉਹਦੇ ਚ ਉਦੋਂ ਆਪਾਂ ਨੂੰ ਯੂਰੀਆ ਪਾ ਦੇਣੀ ਚਾਹੀਦੀ ਐ ਸਹੀ ਕੰਮ ਉਦੋਂ ਕਰਦੀ ਐ ਤੁਸੀਂ ਇੱਕ ਪਾਸੇ ਪਾਣੀ ਲਾਉਣ ਤੋਂ ਪਹਿਲਾਂ ਪਾ ਕੇ ਵੇਖ ਲਓ ਤੇ ਇੱਕ ਪਾਸੇ ਤੁਸੀਂ ਤਿੰਨ ਚਾਰ ਦਿਨ ਬਾਅਦ ਪਾ ਕੇ ਵੇਖ ਲਓ ਤੁਹਾਨੂੰ ਸਾਫ਼ ਫਰਕ ਦਿਸੂਗਾ ਉਹਦੇ 'ਚ ਤੇ ਜਿਹੜੀ ਆਪਾਂ ਤਿੰਨ ਚਾਰ ਦਿਨ ਬਾਅਦ ਜਪਾਵਾਂਗੇ ਉਹ ਕਣਕ ਨੂੰ ਨਾਲ ਦੀ ਨਾਲ ਹੀ ਅਸਰ ਵਿਖਾਉਣਾ ਸ਼ੁਰੂ ਕਰ ਦਿੰਦੀ ਐ ਮੰਨ ਲਓ ਤੁਸੀਂ ਅੱਜ ਪਾਈ ਐ ਜਦੋਂ ਦੋ ਦਿਨਾਂ ਨੂੰ ਵੇਖੋਗੇ ਕਣਕ ਦਾ ਦਿਲ ਰਾਤ ਦਾ ਫਰਕ ਹੋਊਗਾ ਤੇ ਜਿਹੜੀ ਆਪਾਂ ਪਹਿਲਾਂ ਪਾ ਦਿੰਨੇ ਆ ਉਹ ਅੱਧੇ ਕੰਮ ਕਰਦੀ ਐ ਅੱਧੇ ਕੰਮ ਹੀ ਨਹੀਂ ਕਰਦੀ ਅੱਧਿਕ ਤਾਂ ਥੱਲੇ ਤੁਰ ਤਰ ਜਾਂਦੀ ਐ ਤੇ ਸਹੀ ਟਾਈਮ ਐ ਜਿਹੜਾ ਰੇਪਾਉਣ ਦਾ ਪਾਣੀ ਲਾਉਣ ਤੋਂ ਬਾਅਦ ਤੇ ਜਦੋਂ ਵਣ ਚ ਪੈਰਤਰਾ ਹੋ ਜੇ ਯਾਨੀ ਕਿ ਆਪਾਂ ਖੁੱਭੀ ਐ ਨਾ ਤੇ ਉਦੋਂ ਐ ਤੇ ਬਾਕੀ ਇਹ ਸੀ ਆਪਣੀ ਅੱਜ ਦੀ ਵੀਡੀਓ ਤੇ ਆਪਾਂ ਮਿਲਦੇ ਆ ਤੁਹਾਨੂੰ ਕਿਸੇ ਹੋਰ ਵੀਡੀਓ ਨਾਲ ਜਿਹੜਾ ਕੋਈ ਭਰਾ ਆਪਣੇ ਚੈਨਲ ਤੇ ਨਵਾਂ ਆਇਆ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਨਾਲੇ ਬੈਲ ਆਈਕਨ ਦਬਾ ਲਓ ਤਾਂ ਕਿ ਆਉਣ ਵਾਲੀ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ